मिया किसे नाली वफा नहीं कीती, किसे नाली किसे नाली मिया वफा नहीं कीती। हम या इस दुनिया में इतनी भारी किसे देते, हम या पैरी न लगे और सब डर गए वारी। किसे देते हम पैरी न लगे और सब डर गए वारी। ओ सदा ना बोगा विच बुल बुल सदा ना बाग बहारा ए सदा ना मापे न हुसनी जवानी। हम या सदा न सहबतिया यारा दिया सोबता भी नहीं होनिया। हमिया याद रख ले वेला यार वाला ही जो तेरी जान निकलेगी तेरी मंदी दे पावेगी। ओ यार पकड़ के बैठे होने गए जिन्ना अफजल शान वादे कीते हैं शादी तेरे नाल मर से तेरे नाल जी से। पर सजनो आज अफजल शाह दुनिया तो डर गया आज उयो यार मंदिया दे पावे पकड़ के बैठे ने तेरे बार बार घड़िया नु वेखदे ने। शादी जल्दी करो जल्दी करो जल्दी करो इंदे जनाजे दा कितना वक्त रह गया है। ए तेरे यार सन जिन्ना के असी तेरे नाल मरे से ओ तेरे नाल जी से आज दो मिनट भी तेरे नाल कंडर नु ओ मियां ऐलान नहीं कर दे पे। आजा अल्लाह सोने नु मना ले जदों दुनिया टुट जाएगा ए तेरे यार तेरी कब्र ते आंख मिनहाए। खलक ना कुम वफिया नुईदुकुम व मिनहा नुखरिजुकुम तारतन उखरा। ए तेरी कब्र ते मिट्टी पा गए ए तेरे यार पिछा हट के दुआ मंगन गए। आजा जिंदगी हजूर दी गुलामी विच गुजार ले। अल्लाह फरमाएगा मेरे बंदे घबरा नहीं ए तेरे यार छड़ गए परेशान ना होवी। मेरा मुहम्मद तेरी कब्र विच भी आया दाए। ਸਾਡੇ ਕੋਲ ਤਾਂ ਸੱਜਣੋ ਇਹ ਜਾ ਸੌਦਾ ਲੱਭੇ ਲੈਣਾ ਨੇ ਤੇ ਲੈ ਲਓ ਨਹੀਂ ਤੇ ਇਹਦੇ ਗਾਹਕ ਹੋਰ ਬਣੇ ਨੇ ਤੁਸੀਂ ਕਿਸੇ ਹੋਰ ਹੱਟੀ ਤੋਂ ਲੈ ਲੈਣਾ। ਸਾਹ ਦਾ ਕੋਈ ਪਤਾ ਹੈ ਕਿਉਂ ਡਾਕਟਰ ਅਜਮਲ ਸਰ ਸਾਹ ਦਾ ਪਤਾ ਨਹੀਂ ਤੂੰ ਤੂੰ ਦੌਲਤ ਤੇ ਮਾਣ ਕੀਤੀ ਬੈਠਾ ਕਮਲਾ ਹੋਇਆ पैसे ते मान कीती बैठे कमला होए शद्दाद कोल थोड़ी दौलत आई ते ए बीमारी बई जिंदे गल पै जावे निकलदी नहीं। ए दौलत वाला नशा जिंदे गल पै जावे ना निकलदा नहीं। नसीबा वाले होंदे ने जिहड़े इहनूं सही इस्तेमाल करदे ने। शद्दाद कोल बड़ी दौलत आई ते अपने आप नूं रब कहलवांदा सी आंदा सी आना रब्बु कुमुलाला ते फरिश्ते आसन रब दी बारगाह चर्ज करने मौला वेखो ना बंदा होके आंदा मैं रब आ ते या अल्लाह सानू छुट्टी दे दी डोरिया ना छिकिया। फरमाया इहनू एकरी कुछ नहीं कहना मेरी लाठी बड़ी बेआवाज़ है जदों चलनी है ना शद्दाद नू सुर भी नहीं लगनी। जदों अकल मारी जाए ना मुड़ पुठियां पुठियां बंदा हरकतां करदा समझ नहीं आंदी किबला। एक बंदा बजदा बजदा उन्हें कहा शद्दाद है तू रब बना बैठे
ਉਸ ਰੱਬ ਕੋਲ ਤੇ ਜੰਨਤ ਤੇ ਤੇਰੀ ਜੰਨਤ ਕਿੱਥੇ ਉਹਨਾਂ ਕਹ ਮੈਂ ਹੁਣੇ ਬਣਵਾਣ ਮਿਸਤਰੀ ਬੁਲਾਓ ਮਿਸਤਰੀ ਆ ਗਏ ਮੈਂ ਇੱਕ ਇੱਕ ਜੁਮਲੇ ਦਾ ਜ਼ਿੰਮੇਦਾਰ ਮਿਸਤਰੀ ਆ ਗਏ ਉਹਨਾਂ ਕਹ ਜੰਨਤ ਬਣਾਓ ਉਹਨਾਂ ਕਹ ਜੀ ਕਿਹੜੀ ਜੰਨਤ ਅਖੇ ਮੈਂ ਇੰਜ ਨਿਗਾਹ ਚੁੱਕਾਂ ਤੇ ਉਹਦੀ ਦੂਸਰੀ ਦੀਵਾਰ ਮੇਰੀ ਨਿਗਾਹ ਤੋਂ ਵੀ ਦੂਰ ਹੋਵੇ ਉਹਨਾਂ ਕਹ ਵਕਤ ਕਿੰਨੇ ਲੱਗੇਗਾ ਵਕਤ ਮਿਸਤਰੀਆਂ ਕਿਹਾ 400 ਸਾਲ ਐਡੀ ਜੰਨਤ ਤਾਂ ਬਣੇਗੀ 400 ਸਾਲ ਤੇ ਬਣਾਣੀ ਕਿਹਦੀ ਹੈ ਇੱਕ ਇੱਕ ਇੱਟ ਸੋਨੇ ਦੀ ਲੱਗੇ ਇੱਕ ਚਾਂਦੀ ਦੀ ਲੱਗੇ ਸ਼ਦਾਦ ਕਹਿਣ ਲੱਗਾ ਮੈਨੂੰ ਮਨਜ਼ੂਰ ਹੈ ਮੈਂ ਤੇ ਮੇਰੀ ਕੌਮ ਹਮੇਸ਼ਾ ਜੰਨਤ ਵਿੱਚ ਰਹੀ ਸੈਂ ਅੱਛਾ ਵੀ ਮਾਲਕ ਕਿਹੜਾ ਗਫੂਰ ਰਹੀਮ ਹੈ ਬੇਟਾ ਕਿਹੜਾ ਕਰੀਮ ਹੈ ਆਇਆ ਦੇ ਦੁਸ਼ਮਣ ਨੂੰ ਵੀ ਢਿੱਲ ਦਿੱਤੀ ਖੜਾਈ ਹੈ ਜਿਹੜਾ ਦੁਸ਼ਮਣਾਂ ਤੇ ਮਿਹਰਬਾਨੀਆਂ ਕਰੇ ਜਿਹੜਾ ਦੁਸ਼ਮਣਾਂ ਤੇ ਮਿਹਰਬਾਨੀਆਂ ਕਰੇ ਤੇ ਉਹ ਆਦੇ ਨਾਲ ਮੁਹੱਬਤ ਕਰਨ ਵਾਲੇ ਨਾਲ ਕਿਹਦੀ ਮਿਹਰਬਾਨੀ ਕਰਦਾ ਉਸੇ ਸਾਢੇ 300 ਸਾਲ ਤੱਕ ਜੰਨਤ ਬਣਦੀ ਰਹੀ ਸ਼ਦਾਦ ਨੇ ਬਣ ਤੂੰ ਏਡਾ ਤਕੱਬਰ ਤੇ ਗਰੂਰ ਵਾਲਾ ਸੀ ਸਾਢੇ 300 ਸਾਲ ਜੰਨਤ ਦਾ ਬੂਹਾ ਜਿਹੜੀ ਮਸਨੂਈ ਬਣਵਾ ਰਿਹਾ ਸੀ ਨਾ ਉਹਦਾ ਬੂਹਾ ਵੀ ਨਹੀਂ ਜਾ ਕੇ ਵੇਖਾ ਵੀ ਕਿਹ ਜੀ ਤੇ ਰੋਜ਼ਾਨਾ ਤਖਤ ਤੇ ਬੈਠਣਾ ਤੇ ਸ਼ਦਾਦ ਨੇ ਆਸਮਾਨ ਮੇ ਮੂੰਹ ਕਰ ਗਿਆ ਆਖਣਾ ਕਿ ਆਨਾ ਰੱਬੁਕੁਮ ਲਾਲ ਆਖੇ ਮੈਂ ਅੱਲਾ ਰੱਬ ਹਾਂ ਅੱਲਾ ਰੱਬੁਲ ਆਲਮੀਨ ਆਪਣੀ ਸ਼ਾਨ ਦੇ ਮੁਤਾਬਕ ਮੁਸਕੁਰਾ ਕੇ ਫਰਮਾਉਣਾ ਇਹ ਤੇ ਵਕਤ ਦੱਸੇਗਾ ਰੱਬ ਕੌਣ ਹੈ ਸ਼ਦਾਦ 350 ਸਾਲ ਜੰਨਤ ਬਣ ਗਈ 350 ਸਾਲ ਇੱਕ ਬੰਦਾ ਦੌੜਦਾ ਹੈ ਉਹਨੇ ਕਿਹਾ ਆ ਜਾ ਜੰਨਤ ਬਣ ਗਈ ਸ਼ਦਾਦ ਹੁਣ ਤਖਤ ਤੇ ਬਹਿ ਕੇ ਆਸਮਾਨ ਮੇਰੇ ਮੂੰਹ ਕਰਕੇ ਕਹਿੰਦਾ ਆ ਨਾ ਰੱਬੁਕੁਮ ਲਾਲਾ ਆਵਾਜ਼ ਕੁਦਰਤ ਆਈ ਇਜ਼ਰਾਈਲ ਆਵਾਜ਼ ਕੁਦਰਤ ਆਈ ਇਜ਼ਰਾਈਲ ਜੀ ਰੱਬੇ ਜਲੀਲ ਕੀ ਹੁਕਮੇ ਫਰਮਾ ਜਲਦੀ ਕਰੇ ਸ਼ਦਾਦ ਦੀ ਜ਼ਿੰਦਗੀ ਦੇ ਦਿਨ ਵੇ ਕਿਤਨੇ ਭਏ ਨੇ ਸ਼ਦਾਦ ਨੇ ਜੀਣਾ ਕਿਤਨਾ ਇਜ਼ਰਾਈਲ ਅਰਜ਼ ਕੀਤੀ ਮੌਲਾ ਸ਼ਦਾਦ ਦੀ ਜ਼ਿੰਦਗੀ ਦੇ ਅਜੇ ਦਿਨ ਬੜੇ ਭਏ ਨੇ ਇਹਨੇ ਬੜੇ ਦਿਨ ਜੀਣਾ ਏ ਫਰਮਾਇਆ ਕੱਟ ਦੇ ਫਰਮਾਇਆ ਕੱਟ ਦੇ ਇਹ ਦੁਨੀਆ ਦੇ ਦੌਲਤ ਦਾ ਨਸ਼ੇ ਵਿੱਚ ਆ ਕੇ ਮੇਰੇ ਸਾਹਮਣੇ ਮੱਥਾ ਨਾ ਦੇ ਇਹਦੀ ਜ਼ਿੰਦਗੀ ਦੇ ਦਿਨ ਕੱਟ ਦੇ ਜੀ ਅੱਜ ਇਜ਼ਰਾਈਲ ਅਰਜ਼ ਕੀਤੀ ਮੌਲਾ ਮੈਂ ਹੁਣੇ ਕੱਟ ਦੇਵਾਂ ਫਰਮਾਇਆ ਹੁਣੇ ਨਾ ਕੱਟੀ ਇਹਨੂੰ ਜੰਨਤ ਦੇ ਦਰਵਾਜ਼ੇ ਅੱਗੇ ਜਾਣ ਦੇ ਜੰਨਤ ਦੇ ਬੂਹੇ ਅੱਗੇ ਜਾਣ ਦੇ ਜਦੋਂ ਇੱਕ ਪੈਰ ਰੱਖ ਲਵੇ ਦੂਸਰਾ ਚੁੱਕ ਲਵੇ ਤੇ ਇਹ ਪੈਰ ਜ਼ਮੀਨ ਤੇ ਨਹੀਂ ਲੱਗਣ ਦੇਣਾ ਤੇ ਨਾਲੇ ਹੌਲੀ ਹੌਲੀ ਜਾਨ ਕੱਢਣੀ ਏ ਮੈਂ ਦੇ ਕੋਲ ਪੁੱਛਣਾ ਹੀ ਰੱਬ ਖਾਣ ਮੈਂ ਦੇ ਕੋਲ ਪੁੱਛਣਾ ਏ ਰੱਬ ਖਾਣ ਹੁਣ ਸ਼ਦਾਦ ਕਹਿਣ ਲੱਗਾ ਖਿਆ ਜਾ ਜੰਨਤ ਵਿੱਚ ਰਹੀਏ ਆਪਣੇ ਤੇ ਆਪਣੇ ਮੰਨਣ ਵਾਲਿਆਂ ਨੂੰ ਲੈ ਕੇ ਟੁਰ ਪਿਆ ਢੋਲ ਵੱਜਦੇ ਆਏ ਨਗਾਰੇ ਵੱਜਦੇ ਆਏ ਇਸਰਾਈਲ ਦੀ ਡਿਊਟੀ ਵੀ ਲੱਗ ਗਈ ਉਹ ਮਸਨੂਈ ਜੰਨਤ ਦੇ ਦਰਵਾਜ਼ੇ ਅੱਗੇ ਖੜਾ ਹੋ ਗਈ ਆ ਹੁਣ ਮਲਕਾ ਵੀ ਵੇਖਦੇ ਪਏ ਨੇ ਅੱਜ ਅੱਲਾ ਦਾ ਦੁਸ਼ਮਣ ਕਿਵੇਂ ਪਕੜੇ ਜਾਂਦਾ ਏ ਸ਼ਦਾਦ ਟੁਰਦਾ ਟੁਰਦਾ ਆਸਮਾਨ ਮੇਰੇ ਮੂੰਹ ਕਰਕੇ ਆਖਣਾ ਆਨਾ ਰੱਬੁਕੁਮ ਲਾਲਾ ਆਨਾ ਰੱਬੁਕੁਮ ਲਾਲਾ ਇਜ਼ਰਾਈਲ ਕਹਿਣਾ ਜ਼ਰਾ ਜਲਦੀ ਆ ਇੱਕ ਕਦਮ ਤੇ ਬੂਹੇ ਵਿੱਚ ਰੱਖ ਫਿਰ ਤੇਰੇ ਕੋਲ ਅਸਾਂ ਪੁੱਛਾਂਗੇ ਰੱਬ ਕਾਣੇ ਰੱਬ ਖਾਣ ਸ਼ਦਾਦ ਟੁਰਦਾ ਟੁਰਦਾ ਜੰਨਤ ਦੇ ਦਰਵਾਜ਼ੇ ਅੱਗੇ ਆ ਗਿਆ ਇੱਕ ਪੈਰ ਰੱਖ ਲਿਆ ਦੂਸਰਾ ਚੁੱਕ ਲਿਆ ਇਹ ਪੈਰ ਜ਼ਮੀਨ ਤੇ ਨਹੀਂ ਲੱਗਾ ਫਸ ਗਈ ਜਾਨੀ ਹਮੀਆ ਸ਼ਿਕੰਜੇ ਅੰਦਰ ਹੋ ਫਸ ਗਈ ਜਾਨੀ ਸ਼ਿਕੰਜੇ ਅੰਦਰ ਚੂਵੇ ਲੜੇ ਵਿੱਚ ਗੰਨਾ ਹੋ ਰੋ ਆਖੇ
ਹੁਣ ਰਹਾ ਮੁਹੰਮਦ ਹੋ ਜੇ ਰਵੀ ਤੇ ਮੰਨਣਾ ਇੱਕ ਪੈਰ ਰੱਖੀ ਗਿਆ ਇੱਕ ਚੌਂ ਗਿਆ जान अद्धी निकल गई जिसम आकड़ गया यार या आकड़िया ते आसमान मेरे मुंह करके आंदा मैं मनना हूं या बंदा फसे ना तो मुड़ उसले रब चेते आंदा या सिर ते बने ते मुड़ चेते पहले सारी उम्र रब बुल्ला उस अगले दिन बाजार खड़े सी ते जलजला आया तो बाजार वाले पूरे बंदे भागते बाहर निकल आए मैं कोई डायरी तो लिख रहा गड्डी बैग के मैं समझ मैं जो सिर चुकया ना तो बंदे सारे बाजार में लैणा में लगे खड़े मैं नाल में की होया अगे तुहानू नहीं पता जलजला आया मैं कहा सदके आप हुण इक्को झटके दी मार है हैं आ जिहड़े बलाई पए है कोठियां विच कई कई सालां दे लुके हैं ਤੇ ਅੱਜ ਨਿਕਲ ਆਏ ਬਾਹਰ ਇੱਕ ਝਟਕੇ ਦੀ ਮਾਰ ਇੱਕ ਝਟਕੇ ਫਸ ਗਈ ਜਾਨ ਸ਼ਿਕੰਜੇ ਅੰਦਰ ਜੂ ਵੇਲਣ ਹੁਣ ਦਰਵਾਜ਼ੇ ਵਿੱਚ ਖੜਾ ਤੇ ਇੱਕ ਪੈਰ ਚੁੱਕੇ ਅਗੇ ਮੈਂ ਮੰਨਣਾ ਆਵਾਜ਼ ਆਈ ਹੁਣ ਟਾਈਮ ਗੁਜ਼ਰ ਗਿਆ ਹਾਏ ਨਾ ਇੱਕ ਵੇਲਾ ਗੁਜ਼ਰ ਜਾਏ ਹੁਣ ਟਾਈਮ ਗੁਜ਼ਰ ਗਿਆ ਹੁਣ ਚਿੜੀਆਂ ਖੇਤ ਚੰਗ ਗਈਆਂ आसमान मेरे मुंह करके आंदा मैं मनना आवाज आई ओ दस्ते सही रब खाने दस्ते सही रब कौन है शद्दा दई उंगली चुक लवे आंदा तू है अखे आवाज आई असी दसने आ रब खाने असी दसने आ रब खाने वल्ला शहादती वर्रहमान रहीम वल्लाहु लज़ी ला इलाहा इल्ला हु अल मलिक कुद्दूस सलाम المؤمن المهيمن العزيز الجبار المتكبر سبحان الله عما يشركون ادی جان نکل گئی آواز قدرت ائی اے جڑی مصنوعی جنت بنوائی کھڑے نے انہاں نوں چوک لو ਅੱਜ ਜੰਨਤ ਚੁੱਕੀ ਗਈ ਫਰਿਸ਼ਤੇ ਅਰਜ਼ ਕੀਤੀ ਯਾ ਅੱਲਾ ਹੁਣ ਕੀ ਕਰਨਾ ਫਰਮਾਇਆ ਆਸਮਾਨ ਦੇ ਕਰੀਬ ਲਿਆ ਕੇ ਪੁੱਠੀ ਕਰਕੇ ਜਿਹੜੇ ਕਹਿੰਦੇ ਨਾ ਦੌਲਤ ਬੜੀ ਏ ਇਹਨਾਂ ਦੇ ਸਿਰ ਤੇ ਮਾਰੋ ਮੁੱਦੀ ਤੇ ਇੰਨੀ ਜ਼ੋਰ ਨਾਲ ਮਾਰੋ ਕਿ ਜ਼ਮੀਨ ਫਟ ਜਾਵੇ ਤੇ ਤਾਂ ਕਿ ਆਉਣ ਵਾਲੇ ਲੋਕ ਇਬਰਤ ਹਾਸਲ ਕਰਨ ਕਿ ਦੌਲਤ ਤੇ ਮਾਣ ਨਾ ਕਰੀਏ ਵੱਡਿਆਂ ਵੱਡਿਆਂ ਦੇ ਬਬਾਲ ਬਣ ਗਈ ਏ ਮੀਆਂ ਯਾਦ ਰੱਖ ਲੈ ਮਰ ਜਾਏਗਾ ਚਿਹਰਾ ਫਿੱਟ ਜਾਏਗਾ ਲਾੜਾ ਦੁੱਲਾ ਬੰਦਾ ਜ਼ਿੰਦਗੀ ਵਿੱਚ ਦੋ ਮਰਤਬਾ ਬਣਦਾ ਤੀਸਰੀ ਵਾਰੀ ਦੁੱਲਾ ਨਹੀਂ ਲਾੜਾ ਜ਼ਿੰਦਗੀ ਚ ਦੋ ਤੀਜੀ ਵਾਰੀ ਲਾੜਾ ਨਹੀਂ ਪਹਿਲੀ ਵਾਰੀ ਲਾੜਾ ਲਾੜਾ ਕਦੋਂ ਬਣਦਾ ਜਦੋਂ ਪਹਿਲਾ ਨਿਕਾਹ ਹੋਵੇ ਕੁੱਲਾ ਸਿਰ ਤੇ ਰੱਖੇ ਇਹ ਨਹੀਂ ਕਿ ਹਰ ਨਿਕਾਹ ਤੇ ਹੀ ਲਾੜਾ ਬਣਾ ਖੜਾ ਪਹਿਲਾ ਨਿਕਾਹ ਹੋਵੇ ਦੁੱਲਾ ਬਣਦਾ ਤੇ ਦੁੱਲੇ ਦੇ ਚਿਹਰੇ ਤੇ ਨੂਰ ਆ ਜਾਂਦਾ ਕਿ ਨਹੀਂ ਉਹ ਜਵਾਨੋ ਤੁਹਾਡੀ ਨਜ਼ਰ ਪਿਆ ਕਰਨਾ ਦੁੱਲੇ ਦੇ ਚਿਹਰੇ ਤੇ ਨੂਰ ਆ ਜਾਂਦਾ ਕਿ ਨਹੀਂ ਉਸ ਦੁੱਲੇ ਦੇ ਚਿਹਰੇ ਤੇ ਨੂਰ ਆਉਂਦਾ ਜਿੰਦੀ ਜਵਾਨੀ ਪਾਕ ਸਾਫ ਹੋਵੇ ਨਹੀਂ ਤੇ ਸਾਰਾ ਬਾਹਰ ਨਾਈ ਤੇ ਹੀ ਹੁੰਦਾ ਛੱਡੋ ਨੂਰਿਆ ਤੈਨੂੰ ਤਿਆਰ ਕਰਨਾ ਹੀ ਨਹੀਂ ਤੇ ਨੂਰਾ ਵੀ ਆਉਂਦਾ ਸ਼ਾਹ ਜੀ ਉਹ 300 ਵਾਲੀ ਕਿੱਟ ਮੁੱਕ ਗਈ ਇਹਦੇ ਚਿਹਰੇ ਤੇ ਨੂਰ ਨਹੀਂ ਜੇ ਆਉਂਦਾ ਕਿਉਂਕਿ ਬੋਲਾ ਐਵੇਂ ਗੱਲ ਹੈ ਕਿ ਮੁੜ ਪਾਰਲਰਾਂ ਆਣੀਆਂ ਐਡੀਆਂ ਐਡੀਆਂ ਲੰਮੀਆਂ ਮੁੱਕ ਜਾਣ ਜੇ ਜ਼ਿੰਦਗੀ ਹਜ਼ੂਰ ਦੀ ਗੁਲਾਮੀ ਵਿੱਚ ਗੁਜ਼ਾਰੀ ਆਈ
परेशान ना हो नाई सज्जन आखणगे ना तैयार कर ते नाई इंज करके वेख दे सर गए इन्हू तैयार करना इहदे ते चेहरे ते रसूलुल्लाह दी गुलामी दा पहला ही नूर पिया चमकदा है हमिया पहली वारी दूल्हा बने पुला सर ते रखे ओदो लाड़ा बनदा है ते दूसरी वारी लाड़ा कदों बनदा है जदों चिट्टा कफन पाके मंजी ते लेट के कबर विच दीदारे मुस्तफा नूं जांदा है ओदो लाड़ा बनदा है वाह पीर नसीरो दीन अल्लाह तेरी कबर ते करोड़ा रहमता नाजल करे गोलड़े वाले सैयद लिखिया नूर आंखों में नूर आंखों में तो चेहरों पे उजाले हो गए ए मुस्तफा वालों के ए मुस्तफा वालों के अंदाजी निराले हो गए ए मुस्तफा वालों के मुस्तफा वालों के अंदाजी निराले हो गए और मजमाए हशर में हम मजमाए हशर में आमाल जो काले हो गए सब के सब उसकी रहमत के हवाले हो गए सबके सब उसकी रहमत के हवाले हो गए और सैयद ने शेर लिखे आ कलम तोड़ दीती और सैयद जुहा सैयद सोनी गल कर गया सैयद गल हमेशा सोनी करदा है होवे सैयद गल कोजी करे मैं उसे सैयद नु मनदा ही नहीं आ और साडा उसे सैयद नु सलाम है जड़ा नबी पाक सैयद ने लिखिया की कलम तोड़ दी खुदा दी कसम है दिल ते हाथ रखी जरा तवज्जो नाल सुनी जिब फड़ के भी बह जा एडा तकड़ा जुमला सैयद ने लिखिया तेरी जिब छुट के भी सुभान अल्लाह जरूर नूर आंखों में नहीं भाई ये गल मेरे बारे च नहीं टाइम तुसी मैनू वैसे भी लेट दिता है ते बासियां लैंदे बैठे तू तो खड़ा कीती खड़ा है हाँ मैं तो आना उस्मान अतारी नाल जांदा रवी जे मैं मूह करना तो इधर लेंदे बैठे होंगे जे अं करना तो इधर लेंदे बैठे होंगे लगता मैनू खांदे द्रोही ने मैं चार दे जीना है पिछा मैं 53 च नहीं आंदा तुसी दही लगता जिवें मैनू गली विचों निकलन ही नहीं देना हां ये भी किबला सच्चे ने भुखे बंदे का बुलारा नहीं निकलता सजनों अजे मैं तुहानू कुछ आखा ही नहीं अजे तक अगे चलना है तुसी आंदे ना शायद पढ़ना नहीं या बोलना नहीं ये तो कदां बोल पैंदियां तुसी तो मुड़ भी बंदे अजे तक तो रब की बारगाह च असी अपनी आजजी पेश करके ते सरकार की बारगाह च आंदे थक गए हो पक्की गल है इतबार करेंगे टेस्ट लावा पक्की गल है जागदे बैठे हो हाथ खड़े करो का जेड़े जेड़े सुते पैन सदी कहो तुहाडे टेस्ट तो वाह मलंगा वाह सिद्धा दुबे अखाड़े चाहे
वाह पीर नसीरुद्दीन तवज्जो नाल सुनना है नोरे आंखों में। चलो नाल वाले को उधारी लेके सुभान अल्लाह आख लो नोरे।